तन तन हमारे पार कराया पिर मेरा सोहे पंख द्वार Thank you.
Yeah.
ਤੇ ਹੁਣ ਅਸੀਂ ਇਹ ਸਾਰੇ ਕਾਰਜ ਜਿਹੜੇ ਨੇ ਇਹਨਾਂ ਨੂੰ ਆਪਾਂ ਸਫਲ ਕਰਾਉਣਾ ਹੈ। ਇਹ ਸਫਲ ਕਿਸ ਤਰ੍ਹਾਂ ਹੋਣਾ ਨੇ, ਇਹ ਜਦੋਂ ਸਮੇਂ ਦੇ ਸਤਿਗੁਰ ਦੀ ਮੋਹਰ ਲੱਗਦੀ ਹੈ ਉਦੋਂ ਇਹ ਕਾਰਜ ਫਿਰ ਸਫਲ ਹੁੰਦੇ ਵੇਖੇ ਗਏ ਨੇ। ਜਦੋਂ ਇਹ ਕਾਰਜ ਸਫਲ ਹੁੰਦੇ ਨੇ ਤਾਂ ਫਿਰ ਮਨੁੱਖ ਦਾ ਜਨਮ ਵੀ ਸਫਲ ਹੁੰਦਾ ਵੇਖਿਆ ਗਿਆ। ਆਓ ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਉਸਾਈਏ, ਚਰਨਾਂ 'ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਸਭ ਇੱਥੇ ਜੁੜ ਕੇ ਨਾਮ ਸਿਮਰਨ ਕਰਨ ਡਏ ਹੋ, ਭਜਨ ਬੰਦਗੀ ਹੋ ਰਹੀ ਹੈ, ਗੁਰੂ ਦਾ ਹਰ ਜਸ ਹੋ ਰਿਹਾ। ਜਿੰਨੀ ਦੇਰ ਵੀ ਆਪ ਇੱਥੇ ਸਭ ਬੈਠੋ, ਕੰਨਾਂ ਰਾਹੀਂ ਗੁਰੂ ਦਾ ਹਰ ਜਸ ਸੁਣੋ ਤੇ ਰਸਨਾ ਹਿਲਾ ਕੇ ਨਾਮ ਦਾ ਸਿਮਰਨ ਕਰੋ। ਗੁਰਸਿੱਖੀ ਸਮਾਜ ਦੇ ਵਿੱਚ ਸਭ ਤੋਂ ਉੱਚਾ ਇਹ ਕਰਮ ਧਰਮ ਦੱਸਿਆ ਤਾਂ ਜਿਹੜੇ ਇੱਥੋਂ ਤੱਕ ਪਹੁੰਚ ਜਾਂਦੇ ਨੇ। ਸੋ ਆਪ ਸਭ 'ਤੇ ਬੜੀ ਕਿਰਪਾ ਹੈ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ, ਇੱਥੋਂ ਤੱਕ ਪਹੁੰਚ ਕੇ ਅਸੀਂ ਇਹ ਉਹਨਾਂ ਦੇ ਹੁਕਮ ਅਨੁਸਾਰ ਇਹ ਸਾਰੇ ਕਾਰਜ ਕਰਨ ਡਏ ਹਾਂ। ਸਮਾਂ ਜਿਹੜਾ ਹੈ ਉਹ ਹਮੇਸ਼ਾ ਬਦਲਦਾ ਰਹਿੰਦਾ ਹੈ, ਅੱਜ ਹੋਰ ਕੱਲ ਹੋਰ। ਆਹ ਜਿਹੜਾ ਸਮਾਂ ਚੱਲ ਰਿਹਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਨੌਵੀਂ ਜੋਤ ਹਿੰਦ ਦੀ ਚਾਦਰ ਤੇਗ ਬਹਾਦਰ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਭਰਾ ਦਾ ਭਾਵ ਦਾ ਇਹ ਸਮਾਂ ਚੱਲ ਰਿਹਾ ਹੈ। ਜਿਨ੍ਹਾਂ ਨੇ ਆਣ ਕੇ ਸੰਸਾਰ ਦੇ ਵਿੱਚ ਇਹ ਉਹ ਸਤਿਗੁਰ ਸਨ ਜਿਨ੍ਹਾਂ ਦੇ ਵਾਸਤੇ ਸ਼ਬਦ ਗੂੰਗੇ ਹੋ ਜਾਂਦੇ ਨੇ। ਜੇ ਕਲਮ ਰਾਹੀਂ ਲਿਖਿਆ ਜਾਵੇ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ, ਐਸਾ ਇਹਨਾਂ ਦਾ ਇਤਿਹਾਸ ਹੈ। ਸ਼ਸਤਰ ਗਾਉਂਦੇ ਥੱਕ ਗਏ ਨੇ, ਇਹਨਾਂ ਇਤਿਹਾਸਾਂ ਨੂੰ ਕਦੇ ਵੀ ਉਹ ਸਮਰੱਥ ਨਹੀਂ ਹੋ ਸਕਦੇ ਇਹ ਇਤਿਹਾਸ ਬਿਆਨ ਕਰਨ ਵਾਸਤੇ। ਸੋ ਵੈਸੇ ਸਤਿਗੁਰ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਇੱਕ ਐਸੀ ਵੈਰਾਗਮਈ ਸੂਰਤ ਸਾਹਮਣੇ ਆਉਂਦੀ ਹੈ, ਕਿਉਂਕਿ ਸਾਰਾ ਹੀ ਜੀਵਨ ਇਹਨਾਂ ਨੇ ਆਪਣਾ ਵੈਰਾਗਮਈ ਕੱਢਿਆ ਭਜਨ ਬੰਦਗੀ 'ਚ, ਕਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ। ਸਤਿਗੁਰ ਹਮੇਸ਼ਾ ਹੀ ਇਸੇ ਤਰ੍ਹਾਂ ਦਾ ਸੁਭਾਵ ਲੈ ਕੇ ਸ਼ੁਰੂ ਤੋਂ ਦੁਨੀਆਂ 'ਤੇ ਆਉਂਦਾ, ਕਿਉਂਕਿ ਆਣ ਕੇ ਫਿਰ ਮਨੁੱਖ ਹੀ ਜਾਂਦਾ ਨੂੰ ਸੁਧਾਰਨਾ ਹੁੰਦਾ ਹੈ। ਕਈਆਂ ਦੇ ਦੁੱਖ ਦੂਰ ਕਰਨੇ ਹੁੰਦੇ ਨੇ। ਸੋ ਐਸੀਆਂ ਮਹਾਨ ਸ਼ਖਸੀਅਤਾਂ ਸੰਸਾਰ 'ਚ ਜਦੋਂ ਆਉਂਦੀਆਂ ਨੇ ਉਹਨਾਂ ਦੇ ਜਦ ਦਰਸ਼ਨ ਜਦੋਂ ਕੀਤੇ ਜਾਣ ਤਾਂ ਫਿਰ ਬਹੁਤ ਵੱਡਾ ਲਾਹਾ ਕੱਢਿਆ ਜਾਂਦਾ ਹੈ ਆਪਣੇ ਮਨੁੱਖੀ ਜੀਵਨ ਦੇ ਵਿੱਚ। ਮਹਾਰਾਜ ਗੁਰਬਾਣੀ 'ਚ ਵੀ ਫਰਮਾਉਂਦੇ ਨੇ ਵੀ ਐਸੀਆਂ ਮਹਾਨ ਸ਼ਖਸੀਅਤਾਂ ਦਾ, ਐਸੀਆਂ ਮਹਾਨ ਹਸਤੀਆਂ ਦਾ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਤਾਂ ਫਿਰ ਮਨੁੱਖ ਨੂੰ ਕੀ ਮਿਲਦਾ ਹੈ। ਕਹਿੰਦੇ ਨੇ ਤਾਰਿਆ ਜਹਾਨ, ਤਾਰਿਆ ਜਹਾਨ ਲਹਿਰਾ ਵਿਮਾਨ, ਜਿੰਨੀ ਤੇਰਾ ਦਰਸ਼ਨ ਪਾਇਆ ਤੇ ਜਿੰਨੀ ਤੁਹਾਨੂੰ ਧੰਨ ਕਿਹਾ ਤਿੰਨ ਜਨਮ ਨੇਰ ਨਾ ਆਇਆ। ਸਤਿਗੁਰ ਦਾ ਦਰਸ਼ਨ ਕਰਦੇ ਹੀ ਵੇਖੋ ਸੰਸਾਰ ਜਿਹੜਾ ਹੈ ਜਮਾਂ ਦੀ ਮਾਰ ਤੋਂ ਭੱਜਾ ਫਿਰਦਾ। ਸਾਨੂੰ ਸਤਿਗੁਰਾਂ ਨੇ ਕਿੱਡਾ ਸੌਖਾ ਤੇ ਸ਼ੋਰਟਕਟ ਰਸਤਾ ਦੱਸਿਆ ਵੇਖੋ ਜਮਾਂ ਦੀ ਮਾਰ ਤੋਂ ਬਚਣ ਦਾ। ਸਤਿਗੁਰ ਨੂੰ ਧੰਨ ਕਹਿ ਦਈਏ ਜਮਾਂ ਦੀ ਮਾਰ ਤੋਂ ਬਚ ਸਕਦੇ ਹਾਂ। ਆਪਣੇ ਮਨੁੱਖੀ ਜਾਤਾਂ ਨੂੰ ਸਫਲ ਕਰੀਏ, ਕੋਈ ਵੀ ਰਸਨਾ ਮਾਂਜੀ ਨਾ ਰਵੇ, ਸਭ ਇੱਕ ਵਾਰੀ ਗੱਜ ਕੇ ਆਖੋ ਧੰਨ ਸਤਿਗੁਰੂ ਤੇ ਬਹਾਦਰ ਸੱਚੇ ਪਾਤਸ਼ਾਹ।
ਧਰਮ ਨੂੰ ਬਚਾਉਣ ਵਾਸਤੇ ਤਿਲਕ ਚੰਦ ਰਾਖਾ ਤੋਂ ਤਾਗਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਕਦੋਂ ਆਏ? 1 ਅਪ੍ਰੈਲ 1621 ਦਾ ਪ੍ਰਕਾਸ਼ ਪੁਰਬ ਇਹਨਾਂ ਦਾ ਦੱਸਿਆ ਗਿਆ। ਭਾਵ ਅੱਜ ਤੋਂ 401 ਸਾਲ ਪਹਿਲਾਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਆਏ ਨੇ। ਪ੍ਰਕਾਸ਼ ਹੋਇਆ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਮਾਤਾ ਨਾਨਕੀ ਦੇ ਗ੍ਰਹਿ ਵਿਖੇ ਇਹਨਾਂ ਦਾ ਪ੍ਰਕਾਸ਼ ਹੋਇਆ। ਮੈਂ ਸੁਣਿਆ ਘਰ ਵਿੱਚ ਜਦੋਂ ਪ੍ਰਕਾਸ਼ ਹੋਇਆ ਤਾਂ ਫਿਰ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ ਉਹਨਾਂ ਸਮਿਆਂ ਦੇ ਵਿੱਚ। ਜਗ੍ਹਾ ਜਗ੍ਹਾ ਫਿਰ ਰੌਣਕਾਂ ਲੱਗੀਆਂ ਨੇ ਅੰਮ੍ਰਿਤਸਰ ਦੇ ਵਿੱਚ। ਤੇਗ ਬਹਾਦਰ ਹਿੰਦ ਦੀ ਚਾਦਰ ਤੇਗ ਵੱਲ ਵੀ ਕਹਿੰਦੇ ਹੁੰਦੇ ਸਨ ਇਹਨਾਂ ਨੂੰ, ਕਿਉਂਕਿ
ਕਮਲਾ ਤੇਗਾ ਦੇ ਅੱਗੇ ਅਧੇਰੇ ਨੇ ਆਣ ਕੇ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਨੂੰ ਜਿੰਨੀ ਦੇਰ ਕੋਈ ਬਾਵਰਿਆ ਜਾਂ ਕਮਲਾ ਨਾ ਆ ਕੇ ਸਾਡੀ ਤੇ ਰੋਹ ਰੀਤੀ ਮੁੱਕ ਜਾਂਦੀ ਹੈ। ਸਤਿਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਤੇਗਾ ਕਮਲਿਆਂ ਵੀ ਆਖਿਆ ਜਾਂਦਾ ਸੀ। ਉਹਨਾਂ ਸਮੇਂ ਤਿਆਗ ਮੱਲ ਇਹਨਾਂ ਦਾ ਨਾਂ ਆਇਆ ਬਚਪਨ ਦਾ। 14 ਕੁ ਸਾਲ ਦੇ ਸਨ ਤੇ ਉਹਨਾਂ ਸਮਿਆਂ ਵਿੱਚ ਜੰਗ ਹੋ ਗਈ ਕੀਰਤਪੁਰ ਦੇ ਵਿੱਚ। ਇਹਨਾਂ ਨੂੰ ਜਾਣਾ ਪਿਆ ਉੱਤੇ ਬੜੀ ਤੇਗ ਇਹਨਾਂ ਨੇ ਵਾਹੀ ਕੇ ਜਾ ਕੇ ਸਤਿਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਤਿਆਗ ਮੱਲ ਜੀ ਦਾ ਨਾਂ ਸੀ। ਜਦੋਂ ਇਹਨਾਂ ਨੇ ਉੱਥੇ ਤੇਗ ਵਾਹੀ ਉੱਥੇ ਜਾ ਕੇ ਬੜੀ ਲਾਲਾ ਲਾਲਾ ਕਰਤੀ ਇਹਨਾਂ ਨੇ ਜਾ ਕੇ ਦੁਸ਼ਮਣ ਜਿਹੜਾ ਸੀ ਭੱਜ ਗਿਆ ਤਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਨੇ ਇਹਨਾਂ ਨੂੰ ਵੇਖ ਕੇ ਤਿਆਗ ਮੱਲ ਨੂੰ ਵੇਖ ਕੇ। ਸੋ ਇਤਿਹਾਸ ਦੱਸਿਆ ਗਿਆ ਵੀ ਇੱਥੇ ਇਹ ਸਮਾਂ ਸੀ ਇਹਨਾਂ ਦੀ ਜਦੋਂ ਤੇਗ ਵਾਹੀ ਵੇਖੀ ਨਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਇਹਨਾਂ ਨੇ ਫਿਰ ਉਹਨਾਂ ਦਾ ਨਾਂ ਫਿਰ ਉੱਥੋਂ ਬਦਲ ਕੇ ਫਿਰ ਤੇਗ ਬਹਾਦਰ ਰੱਖਿਆ ਉਹਨਾਂ ਸਮੇਂ। 1635 ਦੇ ਵਿੱਚ ਇਹ ਤੇਗ ਬਹਾਦਰ ਨਾਂ ਇਹਨਾਂ ਦਾ ਰੱਖਿਆ ਗਿਆ ਉਹਨਾਂ ਸਮਿਆਂ ਦੇ ਵਿੱਚ। ਉਹ ਸਮਾਂ ਬਦਲਿਆ ਫਿਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਇਸ ਮਾਤਲੋਕ ਤੋਂ ਚਲਾਣਾ ਕਰ ਗਏ ਅਤੇ ਫਿਰ ਗੱਦੀ ਜਿਹੜੀ ਹੈ ਸਤਿਗੁਰੂ ਹਰਿਰਾਇ ਸਾਹਿਬ ਜੀ ਨੂੰ ਦੇ ਦਿੱਤੀ ਗਈ। ਆਪ ਪੋਤਰੇ ਨੂੰ ਦਿੱਤੀ ਗਈ ਉਹ ਵੀ ਛੋਟੇ ਪੋਤਰੇ ਨੂੰ ਦਿੱਤੀ ਗਈ ਉਹਨਾਂ ਸਮਿਆਂ ਦੇ। ਇਹ ਬਾਬਾ ਗੁਰਦਿੱਤਾ ਜੀ ਦੇ ਛੋਟੇ ਲੜਕੇ ਸਨ, ਇੱਕ ਵੱਡੇ ਲੜਕੇ ਸਨ ਇਹਨਾਂ ਦੇ। ਹੋਰ ਛੋਟੇ ਨੂੰ ਗੁਰਗੱਦੀ ਦੇ ਦਿੱਤੀ ਅਤੇ ਮਾਤਾ ਨਾਨਕੀ ਜਿਹੜੀ ਹੈ ਉਹ ਬੜੀ ਪਰੇਸ਼ਾਨ ਸੀ ਵੀ ਮੇਰਾ ਪੁੱਤਰ ਬਹੁਤ ਸਿੱਧਾ ਸਾਦਾ ਹੈ, ਇਹਦੀ ਵਾਕ ਕਿਹਨੇ ਪੁੱਛਣੀ ਹੈ। ਜੇ ਇਹਨਾਂ ਨੇ ਆਪ ਵੀ ਸਤਿਗੁਰਾਂ ਨੇ ਆਪਣੀ ਵਾਕ ਪੁੱਛੀ ਤਾਂ ਆਉਣ ਵਾਲੇ ਸਮੇਂ 'ਚ ਇਹਦੀ ਵਾਕ ਕੌਣ ਪੁੱਛੇਗਾ। ਇਹੋ ਹੀ ਵਚਨ ਸਤਿਗੁਰਾਂ ਦੇ ਹੁੰਦੇ ਵੀ ਇਹ ਕਰਿਆ ਕਰਦੇ ਸਨ ਵੀ ਪੁੱਤਰ ਬਹੁਤ ਸਿੱਧਾ ਸਾਦਾ ਹੈ, ਇਹਦਾ ਕੌਣ ਧਿਆਨ ਕਰੇਗਾ। ਸਭ ਸਾਧੂ ਸੰਤ ਇਹਨਾਂ ਦੇ ਚਰਨਾਂ 'ਚ ਆਣ ਕੇ ਝੁਕਿਆ ਕਰਨਗੇ, ਸਮਾਂ ਐਸਾ ਆਵੇਗਾ। ਪਰ ਇਹ ਬਚਨ ਉੱਥੇ ਹੀ ਅਧੂਰਾ ਰਹਿ ਗਿਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਚੜ੍ਹਾਈ ਕਰਕੇ ਗੁਰਗੱਦੀ ਜਿਹੜੀ ਹੈ ਗੁਰੂ ਹਰਿਰਾਇ ਜੀ ਨੂੰ ਮਿਲ ਗਈ ਅੱਗੇ ਆਣ ਕੇ ਛੋਟੇ ਪੋਤਰਿਆਂ ਨੂੰ। ਬੜਾ ਇਹਨਾਂ ਦਾ ਇਤਿਹਾਸ ਬੜਾ ਜੁਝਾਰੂ ਵੀ ਹੈ ਇਹਨਾਂ ਸਮਿਆਂ ਦੇ ਵਿੱਚ। ਛੋਟੇ ਪੋਤਰਿਆਂ ਨੂੰ ਜਦੋਂ ਗੱਦੀ ਮਿਲ ਗਈ ਤਾਂ ਫਿਰ ਬਹੁਤ ਜਲਦੀ ਹੀ ਫਿਰ ਆਉਣ ਵਾਲਾ ਸਮਾਂ ਫਿਰ ਐਸਾ ਬਣ ਗਿਆ, ਫਿਰ ਗੱਦੀ ਜਿਹੜੀ ਹੈ ਉਹ ਫਿਰ ਵੱਡੇ ਪੋਤਰੇ ਨੂੰ ਨਹੀਂ ਮਿਲੀ ਅਤੇ ਛੋਟੇ ਪੋਤਰੇ ਨੂੰ ਮਿਲ ਗਈ ਹੈ ਹਰਿਰਾਇ ਜੀ ਦੇ। ਸੋ ਬਾਬਾ ਗੁਰਦਿੱਤਾ ਜੀ ਦੇ ਜਿਹੜੇ ਪੋਤਰੇ ਸਨ ਜਿਹੜੇ ਉਹਨਾਂ ਨੂੰ ਜਾ ਕੇ ਫਿਰ ਅੱਗੋਂ ਫਿਰ ਗੱਦੀ ਮਿਲੀ ਹੈ ਹਰਕ੍ਰਿਸ਼ਨ ਮਹਾਰਾਜ ਜੀ ਨੂੰ, 8ਵੇਂ ਪਾਤਸ਼ਾਹ ਜਿਹੜੀ ਸਨ। ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਬੜੀ ਛੋਟੀ ਉਮਰ 'ਚ ਆਣ ਕੇ ਗੱਦੀ ਦੀ ਗੰਡੋਰ ਸੰਭਾਲੀ ਇਹਨਾਂ ਨੇ। ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੂੰ ਦਿੱਲੀ ਤੋਂ ਸੱਦਾ ਆ ਗਿਆ, ਉੱਥੇ ਜਾਣਾ ਪੈ ਗਿਆ। ਬੜੀ ਚੇਚਕ ਦੀ ਬਿਮਾਰੀ ਉਹਨਾਂ ਸਮਿਆਂ 'ਚ ਫੈਲੀ ਸੀ, ਆਪ ਸਭ ਜਾਣਦੇ ਹੋਣਗੇ ਇਤਿਹਾਸ ਨੂੰ। ਇੱਥੇ ਆਣ ਕੇ ਫਿਰ ਸਤਿਗੁਰਾਂ ਨੇ ਸਮਾਂ ਐਸਾ ਬਣ ਗਿਆ ਕਿ ਇਹਨਾਂ ਨੂੰ ਵੀ ਦੇਹ ਦਾ ਉਲਾ ਕਰਨਾ ਪਿਆ। ਉਹਨਾਂ ਸਮਿਆਂ ਦੇ ਵਿੱਚ ਬਹੁਤ ਛੋਟੀ ਉਮਰ 'ਚ ਦੇਹ ਦਾ ਉਲਾ ਕੀਤਾ। ਜਦੋਂ ਇਹ ਦੇਹ ਦਾ ਉਲਾ ਕਰਦੇ ਸਨ ਭਾਣਾ ਵਰਤਣ ਵਾਲਾ ਸੀ ਅਤੇ ਇਹਨਾਂ ਨੇ ਇਕੱਠਿਆਂ ਕਰਕੇ ਹੁਕਮ ਕੀਤਾ ਫਿਰ ਸੰਗਤ ਨੂੰ। ਪਰ ਸੰਗਤ ਜਿਹੜੀ ਬਹੁਤ ਹੈਰਾਨ ਬਿਰਾਨ ਵੀ ਤੁਸੀਂ ਤਾਂ ਸਾਨੂੰ ਹੁਣ ਛੱਡ ਚੱਲੇ ਹੋ ਅਤੇ ਕਿਹਦੀ ਬਾਂਹ ਫੜਾ ਚੱਲੇ ਹੋ, ਇਹ ਗੁਰੂ ਨਾਨਕ ਦੀ ਗੱਦੀ। ਇੱਥੇ ਜਿਹੜਾ ਵੀ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਿਆ ਉਹ ਜਾਂਦਾ ਜਾਂਦਾ ਅੱਗੋਂ ਕਿਸੇ ਦੀ ਬਾਂਹ ਫੜਾ ਕੇ ਗਿਆ ਅਤੇ ਤੁਸੀਂ ਸਾਨੂੰ ਕਿਹਦੀ ਬਾਂਹ ਫੜਾ ਕੇ ਚੱਲੇ ਹੋ। ਤਾਂ ਸਤਿਗੁਰੂ ਮਹਾਰਾਜ ਹਰਕ੍ਰਿਸ਼ਨ ਜੀ ਕਹਿੰਦੇ ਨੇ ਬਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਦਰਸ਼ਨ ਕਰਨਾ ਹੋਏ ਤਾਂ ਇਹਨਾਂ ਦਾ ਦਰਸ਼ਨ ਕਰ ਲਿਆ ਕਰੋ, ਸਮਝੋ ਕਿ ਮੇਰੇ ਨਾਲ ਹੀ ਮੇਰਾ ਹੀ ਦਰਸ਼ਨ ਕੀਤਾ ਹੈ, ਅਤੇ ਜੇ ਮੇਰੇ ਨਾਲ ਗੱਲਬਾਤ ਕਰਨੀ ਹੋਏ ਤਾਂ ਬਾਣੀ ਪੜ੍ਹ ਕੇ ਅਤੇ ਮੇਰੇ ਨਾਲ ਗੱਲਬਾਤ ਕਰ ਲਿਆ ਕਰੋ, ਇਹੀ ਸਮਝਿਆ ਕਰੋ। ਪਰ ਗੁਰਬਖਸ਼ ਮਸੰਦ ਵਰਗੇ
ਬਹੁਤ ਵਾਰ ਜਿਹੜੇ ਸਾਨੂੰ ਨਾ ਅੱਗੇ ਆਣ ਕੇ ਅਰਥ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੋਢੀ ਦੇ ਜਿਹੜੇ ਨੇ ਉਹ ਘਰ ਘਰ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਲੈਣਗੇ ਅਤੇ ਫਿਰ ਅਸੀਂ ਕਿਹਨਾਂ ਨੂੰ ਗੁਰੂ ਮੰਨਿਆ ਕਰਾਂਗੇ। ਸਾਰਿਆਂ ਨੇ ਰਲ ਕੇ ਅਰਥ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਹਰਕ੍ਰਿਸ਼ਨ ਜੀ ਦੇ ਅੱਗੇ। ਸੋ ਸਤਿਗੁਰਾਂ ਫਿਰ ਇਹਨਾਂ ਦੀ ਬੇਨਤੀ ਫਿਰ ਪ੍ਰਵਾਨ ਕੀਤੀ ਹੈ ਗੁਰਬਖਸ਼ ਪਸੰਦ ਵਰਗਿਆਂ ਦੀ, ਅਤੇ ਸਤਿਗੁਰਾਂ ਫਿਰ ਆਖਿਆ ਫਿਰ ਲਿਆਓ ਥਾਲ। ਥਾਲ ਲਿਆਂਦਾ ਅਤੇ ਫਿਰ ਨਾਲੀਅਲ ਵਿੱਚ ਰੱਖਿਆ ਗਿਆ, ਪੰਜ ਪੈਸੇ ਨਾਲ ਰੱਖੇ ਗਏ ਨੇ, ਅਤੇ ਫਿਰ ਸਤਿਗੁਰਾਂ ਨੇ ਫਿਰ ਉੱਥੇ ਬਚਨ ਕੀਤਾ। ਫਿਰ ਆਉਣ ਵਾਲੇ ਸਮੇਂ ਦਾ ਕੀ ਆਖਿਆ, ਬਾਬਾ ਬਸੇ ਗ੍ਰਾਮ ਮਕਾਵੇ ਖੇਡਾਂ ਵਰਤਾਉਂਦਾ।
ਉਹ ਬੜਾ ਤਗੜਾ ਵਪਾਰੀ ਸੀ, ਬਹੁਤ ਵੱਡਾ, ਆਪਣੇ ਸਮੇਂ ਦਾ ਜਹਾਜ਼ਾਂ 'ਤੇ ਸੈਰ ਕਰਿਆ ਕਰਦਾ ਸੀ। ਉਹਦੇ ਵਿਹੜੇ ਵਿੱਚ ਕਈ ਸੌ ਜਿਹੜੇ ਕਹਿੰਦੇ ਹਨ ਵੀ ਉਹ ਗੱਡੇ ਅਤੇ ਬੈਲ ਜਿਹੜੇ ਉਹਦੇ ਜਿਹੜਾ ਕਾਫਲਾ ਸੀ ਐਡਾ ਵੱਡਾ ਹੁੰਦਾ ਸੀ, ਅਤੇ ਕਈ ਸੌਆਂ ਦੇ ਹਿਸਾਬ ਨਾਲ ਉਹਦੇ ਨਾਲ ਬੰਦੇ ਵੀ ਤੁਰਿਆ ਕਰਦੇ ਸਨ, ਭਾਰ 400-500 ਬੰਦਿਆਂ ਦਾ ਕਾਫਲਾ ਲੈ ਕੇ ਤੁਰਦਾ ਸੀ। ਐਡਾ ਉਹਨਾਂ ਸਮਿਆਂ ਦੇ ਵਿੱਚ ਸਰਮਾਏ ਦਾ ਰਾਜ ਨਹੀਂ ਸੀ। ਵਪਾਰ ਕਰਦਾ ਕਰਦਾ ਉਹ ਜਦੋਂ ਬਾਹਰ ਵਪਾਰ ਕਰਨ ਗਿਆ, ਸਤਿਗੁਰਾਂ ਐਸੀ ਖੇਡ ਵਰਤਾਈ ਵੀ ਆਉਂਦਿਆਂ ਉਹਦਾ ਜਹਾਜ਼ ਜਿਹੜਾ ਉਹ ਬਰੇਤੇ ਵਿੱਚ ਫਸ ਗਿਆ। ਸਮੁੰਦਰੀ ਜਹਾਜ਼ ਸੀ, ਡੂੰਘਾ ਪਾਣੀ ਨਾ ਹੋਣ ਕਰਕੇ ਉੱਥੇ ਉਹ ਫਸ ਗਿਆ। ਕਿਸੇ ਤਰ੍ਹਾਂ ਫਸ ਗਿਆ ਅਤੇ ਹੁਣ ਇਹਦੇ ਕੋਲ ਬੜੀ ਧਨ ਦੌਲਤ ਸੀ, ਉਦੋਂ ਬੜੇ ਇਹਦੇ ਨਾਲ ਸੈਨਿਕ ਸਨ, ਬੰਦੇ ਸਨ, ਨਾਲ ਵਪਾਰ ਕਰਕੇ ਆ ਰਿਹਾ ਸੀ ਇਹ। ਹੁਣ ਜੇ ਘਬਰਾ ਗਿਆ ਵੀ ਜਹਾਜ਼ ਇੱਥੇ ਡੁੱਬ ਨਾ ਜਾਵੇ, ਮੇਰੀ ਸਾਰੀ ਧਨ ਦੌਲਤ ਜਿਹੜੀ ਹੈ ਉਹ ਇੱਥੇ ਬਰਬਾਦ ਹੋ ਜਾਣੀ ਇਹਨਾਂ ਸਮਿਆਂ ਦੇ ਵਿੱਚ ਹੀ। ਸੋ ਇਹ ਉੱਥੇ ਹੁਣ ਉਹ ਵੇਖ ਕੇ ਤਾਂ ਬੜਾ ਘਬਰਾਇਆ ਪਿਆ ਉਹਨਾਂ ਸਮਿਆਂ ਦੇ ਵਿੱਚ ਵੀ ਜਹਾਜ਼ ਡੁੱਬ ਜਾਣਾ ਇੱਥੇ। ਕਹਿੰਦੇ ਨੇ ਚੱਖੜ ਚੁੱਲ੍ਹੇ ਬੇੜਾ ਸਾਗਰ ਦੇ ਵਿੱਚ, ਸਾਗਰ ਦੇ ਵਿੱਚ ਹੁਣ ਆਪ ਸਮੁੰਦਰ ਦੇ ਵਿੱਚ ਉਹ ਜਿਹੜਾ ਬੇੜਾ ਜਿਹੜਾ ਉਹ ਡੁੱਬਣ ਦਿਆ ਇਹਦਾ ਵੇਖੋ, ਅੱਧਾ ਕਹਿੰਦੇ ਨੇ ਡੁੱਬ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਫਿਰ ਅਰਦਾਸਾਂ ਕਰਨੀਆਂ ਇਹਨੇ ਸ਼ੁਰੂ ਕੀਤੀਆਂ ਨੇ। ਕਹਿੰਦੇ ਨੇ ਚੱਖੜ ਚੁੱਲ੍ਹੇ ਬੇੜਾ ਸਾਗਰ ਦੇ ਵਿੱਚ ਅਤੇ ਮੱਖਣ ਸ਼ਾਹ ਰੁਬਾਣਾ ਹੱਥ ਬੰਨ ਅਰਜ ਗੁਜ਼ਾਰਦਾ ਹੈ, ਮੈਂ ਹਾਂ ਸੇਵਕ ਤੇਰਾ ਲੱਜਿਆ ਰੱਖ ਲਉ ਦਾਸ ਹੀ, ਅਤੇ ਤੇਰੇ ਬਾਜ ਆਸਰਾ ਹੋਰ ਕੋਈ ਨਹੀਂ ਦੁਖਿਆਰਦਾ ਏ। ਅੱਧ ਵਿੱਚ ਕਾਲੇ ਬੇੜਾ ਡੁੱਬਦਾ ਜਾਂਦਾ ਜਾਪਦਾ, ਨਜ਼ਰ ਨਾ ਆਉਂਦਾ ਕੰਢਾ ਕਿਧਰੇ ਪਾਰਦਾ ਏ। ਇਸ ਤਰ੍ਹਾਂ ਦੀਆਂ ਅਰਜ਼ਾਂ ਕਰਦਾ ਏ ਸੱਚੇ ਪਾਤਸ਼ਾਹ, ਕਿਰਪਾ ਕਰੋ ਮੇਰੇ 'ਤੇ ਕਿ ਮੇਰਾ ਜਹਾਜ਼ ਜਿਹੜਾ ਉਹ ਬੰਨੇ ਲੱਗ ਜਾਏ, ਕਿਤੇ ਡੁੱਬ ਨਾ ਜਾਵੇ ਇੱਥੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਜੋਤ ਉਹਨੂੰ ਹਾਜ਼ਰ ਨਾਜ਼ਰ ਕਰਦਿਆਂ ਹੋਇਆ ਅਤੇ ਬੇਨਤੀਆਂ ਕਰਦਾ ਵੀ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਤੁਸੀਂ ਹਾਥੀ ਨੂੰ ਤੰਦੂਏ ਤੋਂ ਬਚਾਇਆ ਸੀ, ਹਿਰਨੀ ਤੋਂ ਜਾਲ ਹਿਰਨੀ ਨੂੰ ਜਾਲ ਤੋਂ ਬਚਾਇਆ ਸੀ ਸੱਚੇ ਪਾਤਸ਼ਾਹ, ਕਿਰਪਾ ਕਰੋ ਸਾਨੂੰ ਵੀ ਉਸੇ ਤਰ੍ਹਾਂ ਹੀ ਬਚਾਓ। ਕਹਿੰਦਾ ਹਾਥੀ ਤੰਦੂਏ ਕੋਲੋਂ ਛੁਡਾਇਆ, ਜਿਸ ਤਰ੍ਹਾਂ ਹਿਰਨੀ ਜਾਲ ਫਸੀ ਦੇ ਬਦਨ ਆਪ ਉਤਾਰਦਾ ਏ। ਉਹ ਸੁਣਿਆ ਏ ਅਨੇਕਾਂ ਹੋਰ ਹੀ ਕਥਾ ਪੁਰਾਣੀਆਂ ਨੂੰ, ਅਤੇ ਤੇਰੇ ਗਏ ਜਿੰਨਾ ਫੜਿਆ ਲੜ ਉਸ ਬਖਸ਼ਣ ਹਾਰਦਾ ਏ, ਤਾਰੇ ਗਏ ਜਿੰਨਾ ਫੜਿਆ ਲੜ ਤੇਰਾ ਸੱਚੇ ਪਾਤਸ਼ਾਹ, ਉਹ ਜਿਨ੍ਹਾਂ ਨੇ ਵੀ ਤੇਰਾ ਲੜ ਫੜਿਆ ਉਹਨਾਂ ਨੂੰ ਬਖਸ਼ਿਆ, ਕਿਰਪਾ ਕਰੋ ਸਾਡੇ 'ਤੇ ਵੀ। ਅੱਜ ਬੇਨਤੀਆਂ ਕਰਦਾ ਵੀ ਕਿਸੇ ਤਰ੍ਹਾਂ ਮੇਰਾ ਜਹਾਜ਼ ਹੁਣ ਜਿਹੜਾ ਉਹ ਬਚ ਜਾਵੇ। ਅਰਜ ਕਰਦਾ ਕਰਦਾ ਸੱਚੇ ਪਾਤਸ਼ਾਹ ਐਸੀ ਕਿਰਪਾ ਕੀਤੀ ਕਿ ਬੜੇ ਜ਼ੋਰ ਦੀ ਛਾਲ ਆਈ ਇੱਕ, ਇਹਦਾ ਜਹਾਜ਼ ਜਿਹੜਾ ਉਹ ਹੁਣ ਪਾਣੀ 'ਚ ਤੁਰ ਪਿਆ। 500 ਮੋਹਰਾਂ ਉੱਥੇ ਇੰਨੇ ਸੁੱਖੀਆਂ ਨੇ ਵੀ ਗੁਰੂ ਨਾਨਕ ਦੀ ਜੋਤ ਜਿਹੜੀ ਵੀ ਇਸ ਵੇਲੇ ਹੈ ਉੱਥੇ 500 ਮੋਹਰਾਂ ਮੈਂ ਜਾ ਕੇ ਭੇਟਾਂ ਚੜਾਵਾਂਗਾ ਜੇ ਮੇਰਾ ਜਹਾਜ਼ ਇਹ ਬਚ ਜਾਵੇ। ਸਤਿਗੁਰਾਂ ਕਿਰਪਾ ਕੀਤੀ, ਪੈਜ ਰੱਖੀ ਆਪਣੇ ਜਨ ਦੀ ਅਤੇ ਅਰਦਾਸ ਸੁਣ ਕੇ ਅਤੇ ਫਿਰ ਉਹ ਛਾਲੇ ਆਈਏ ਅਤੇ ਜਹਾਜ਼ ਨੂੰ ਉਹਨਾਂ ਨੇ ਫਿਰ ਬੰਨੇ ਲਾ ਦਿੱਤਾ। ਜਹਾਜ਼ ਫਿਰ ਤੁਰ ਪਿਆ ਅਤੇ ਬੜਾ ਹੌਸਲਾ ਹੋ ਗਿਆ ਉਹਨਾਂ ਸਮਿਆਂ ਦੇ ਵਿੱਚ ਆਣ ਕੇ ਅਤੇ ਜਹਾਜ਼ ਹੁਣ ਤੁਰ ਪਿਆ। ਆਣ ਕੇ ਘਰ ਫਿਰ ਇਹਨੇ ਦੱਸਿਆ ਵੀ ਇਸ ਤਰ੍ਹਾਂ ਮੇਰੇ ਨਾਲ ਇੱਕ ਹਾਦਸਾ ਇਸੇ ਤਰ੍ਹਾਂ ਦਾ ਵਾਪਰ ਗਿਆ। ਘਰ ਵਾਲਿਆਂ ਨੂੰ ਨਾਲ ਲੈ ਕੇ ਇਹ ਫਿਰ ਅੰਮ੍ਰਿਤਸਰ ਪਹੁੰਚਿਆ, ਉੱਥੇ ਸਾਰਾ ਹੀ ਰਾਣਾ ਬਾਣਾ ਇਹਦੇ ਨਾਲ ਸੀ, ਕਿਉਂਕਿ ਜਿੱਥੇ ਵੀ ਕਾਫਲਾ ਜਾਂਦਾ ਸੀ 300-400 ਆਦਮੀ ਇਹਦੇ ਨਾਲ ਹੁੰਦਾ ਸੀ। ਇਸੇ ਤਰ੍ਹਾਂ ਜਾ ਕੇ ਫਿਰ ਇਸੇ ਤਰ੍ਹਾਂ ਹੀ ਜਾ ਕੇ ਇਹਨਾਂ ਨੇ ਅੰਮ੍ਰਿਤਸਰ ਵੇਖਿਆ, ਪਰ ਉੱਥੇ ਤਾਂ ਪੁਜਾਰੀ ਸਨ, ਕਿਤੇ ਸੱਚੇ ਪਾਤਸ਼ਾਹ ਦਾ ਤਾਂ ਪਤਾ ਹੀ ਨਹੀਂ ਲੱਗਦਾ। ਉੱਥੋਂ ਇਹਨਾਂ ਨੂੰ ਪਤਾ ਲੱਗਾ ਵੀ ਬਾਬਾ ਬਸੇ ਗਰਾਮ ਬਕਾਲੇ,
ਇਹ ਫਿਰ ਉੱਥੋਂ ਫਿਰ ਬਕਾਲੇ ਆ ਗਏ ਆਣ ਕੇ, ਬਕਾਲੇ ਆਣ ਕੇ ਤੇ ਫਿਰ ਇਹਨੇ ਵੇਖਿਆ ਵੀ ਇੱਥੇ ਤੇ ਸਾਰੇ ਬਾਬੇ ਬਣੇ ਪਏ ਨੇ, 22 ਮੰਜੀਆਂ ਡੱਠੀਆਂ ਪਈਆਂ ਨੇ, ਕਿਹੜਾ ਗੁਰੂ ਹੋਏਗਾ। ਇਹਨੇ ਕੀ ਕੀਤਾ, ਦੋ ਦੋ ਮੋਹਰਾਂ, ਪੰਜ ਪੰਜ ਮੋਹਰਾਂ ਜਿਹੜੀਆਂ ਸੋਨੇ ਦੀਆਂ ਸਨ, ਉਹ ਸਾਰਿਆਂ ਦੇ ਅੱਗੇ ਰੱਖਦਾ ਗਿਆ ਅਤੇ ਵੇਖਦਾ ਗਿਆ ਵੀ ਜਿਹੜਾ ਸਮੇਂ ਦਾ ਮਾਲਕ ਹੋਵੇਗਾ, ਸਮੇਂ ਦਾ ਸਤਿਗੁਰ ਹੋਵੇਗਾ ਗੁਰੂ ਨਾਨਕ ਦੀ ਗੱਦੀ ਦਾ, ਉਹ ਆਪੇ ਹੀ ਮੇਰੇ ਕੋਲੋਂ ਮੰਗ ਲਏਗਾ। ਇਸ ਤਰ੍ਹਾਂ ਦੀ ਇਹਨੇ ਸਕੀਮ ਬਣਾ ਲਈ ਸਾਰਿਆਂ ਨੂੰ। ਜਦੋਂ ਇਹਨੇ ਦੋ ਦੋ ਪੰਜ ਪੰਜ ਮੋਹਰਾਂ ਮੱਥਾ ਟੇਕੀਆਂ ਤਾਂ ਫਿਰ ਕਿਸੇ ਨੇ ਵੀ 500 ਮੋਹਰਾਂ ਦਾ ਜ਼ਿਕਰ ਨਹੀਂ ਕੀਤਾ ਵੀ 500 ਮੋਹਰਾਂ ਸੁੱਕੀਆਂ ਸਨ। ਇਹਨੂੰ ਪਤਾ ਲੱਗ ਗਿਆ ਵੀ ਇਹਨਾਂ 'ਚੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਜਿਹੜੀ ਜੋਤ ਹੈ, ਨੌਵੀਂ ਜੋਤ ਦਾ ਉਹ ਹਜੇ ਪਤਾ ਨਹੀਂ ਲੱਗ ਰਿਹਾ ਕਿਹੜੀ ਜੋਤ ਹੈ, ਸੱਚਾ ਸਤਿਗੁਰ ਕਿਹੜਾ ਹੈ। ਇਹਨੇ ਫਿਰ ਪੁੱਛਿਆ ਵੀ ਹੋਰ ਵੀ ਕੋਈ ਇੱਥੇ ਇਹਨਾਂ ਤੋਂ ਇਲਾਵਾ ਹੈਗਾ ਤਾਂ ਫਿਰ ਕਿਸੇ ਸਿੱਖ ਨੇ ਕੋਲੋਂ ਹੀ ਦੱਸਿਆ ਵੀ ਇੱਕ ਹੋਰ ਕਮਲਾ ਜਾਂ ਤੇਗਾ ਭੋਰੇ ਵਿੱਚ ਬੈਠਾ ਰਹਿੰਦਾ, ਸਾਰਾ ਦਿਨ ਉਹ ਭੋਰੇ 'ਚ ਹੀ ਰਹਿੰਦਾ, ਉਹਨੂੰ ਪੁੱਛ ਕੇ ਵੇਖ ਲਓ, ਕੀ ਪਤਾ ਉਹਦੇ ਕੋਲ ਪਤਾ ਲੱਗ ਜਾਏ। ਇਹਨੇ ਆਖਿਆ ਚੰਗਾ, ਹੁਣ ਮੱਖਣ ਸ਼ਾਹ ਰੁਮਾਲਾ ਜਿਹੜਾ ਉਹ ਹੁਣ ਪੰਜ ਮੋਹਰਾਂ ਲੈ ਕੇ ਅਤੇ ਉੱਥੇ ਪਹੁੰਚ ਗਿਆ ਜਿੱਥੇ ਸਤਿਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਭੋਰੇ ਵਿੱਚ ਬੈਠੇ ਹੋਏ ਸਨ। ਜਾ ਦਰਵਾਜ਼ਾ ਖੜਕਾਇਆ ਅਤੇ ਮਾਤਾ ਨਾਨਕੀ ਨੇ ਫਿਰ ਦਰਵਾਜ਼ਾ ਖੋਲ੍ਹਿਆ। ਉੱਥੇ ਮਾਤਾ ਨਾਨਕੀ ਨੂੰ ਪੁੱਛਿਆ ਵੀ ਕਿੱਥੇ ਨੇ ਤੇਗਾ ਕਮਲਾ ਜਿਹਨੂੰ ਆਖਿਆ ਜਾਂਦਾ ਹੈ। ਮਾਤਾ ਨਾਨਕੀ ਨੇ ਆਖਿਆ ਵੀ ਉਹ ਤਾਂ ਕਿਸੇ ਨੂੰ ਮਿਲਦਾ ਹੀ ਨਹੀਂ, ਜੋ ਕੁਛ ਤੂੰ ਦੇਣਾ ਮੈਨੂੰ ਹੀ ਇੱਥੇ ਦੇ ਜਾ। ਮੱਖਣ ਸ਼ਾਹ ਲਵਾਣਾ ਵਪਾਰੀ ਸੀ, ਉਹ ਕਹਿੰਦਾ ਵੀ ਮੈਂ ਤਾਂ ਪੰਜ ਮੋਹਰਾਂ ਮੱਥਾ ਟੇਕਣੀਆਂ ਨੇ ਪਰ ਦਰਸ਼ਨ ਦੇਖ ਕੇ ਫਿਰ ਦਰਸ਼ਨ ਕਰਕੇ ਹੀ ਟੇਕਣੀਆਂ ਨੇ, ਐਵੇਂ ਨਹੀਂ ਟੇਕਣੀਆਂ। ਮਾਤਾ ਨਾਨਕੀ ਨੇ ਫਿਰ ਦੱਸਿਆ ਵੀ ਉਹ ਭੋਰੇ 'ਚ ਬੈਠਾ ਹੀ, ਉੱਥੇ ਦੋ ਜਾਂ ਤਿੰਨ ਆਦਮੀ ਜਾ ਸਕਦੇ ਨੇ ਅਤੇ ਤੂੰ ਕੋਸ਼ਿਸ਼ ਕਰ ਵੀ ਇਕੱਲਾ ਹੀ ਆਦਮੀ ਜਾ ਕੇ ਅਤੇ ਤੂੰ ਉੱਥੇ ਉਹਨਾਂ ਦੇ ਦਰਸ਼ਨ ਕਰ ਰਿਹਾ ਜਾ ਕੇ ਫਿਰ ਸਤਿਗੁਰਾਂ ਦਾ ਦਰਸ਼ਨ ਕੀਤਾ। ਜਦੋਂ ਉਹ ਇਲਾਹੀ ਜੋਤ ਦਾ, ਨੂਰਾਨੀ ਜੋਤ ਦਾ ਜੋ ਜਲਾਲ ਦੇਖਿਆ ਅਤੇ ਫਿਰ ਦਰਸ਼ਨ ਕੀਤੇ, ਫਿਰ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨਜ਼ਰ ਤਾਂ ਮਾਰੀ ਗਈ ਇਹਦੇ ਵੱਲ ਤੇ ਫਿਰ ਆਉਂਦੇ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਬਚਨਾਂ 'ਚ ਕਈ ਵਾਰੀ ਅਸੀਂ ਸੁਣਿਆ ਮੁੱਖ ਤੇ ਬੋਲਿਆ ਸਤਿਗੁਰ ਨਾਮ, ਸਤਿਗੁਰ ਨਾਮ 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 ਸਤਿਗ
ਵੀ ਮੁੱਖ ਤੇ ਬੋਲਿਆ ਸਤਿਗੁਰੂ ਨਾਵਾਂ, ਦੇਖ ਸਿੱਖਾ ਮੇਰਾ ਮੋਢਾ ਬਾਵਾਂ, ਧੱਕਾ ਲਾ ਕੇ ਤੇਰਾ ਜਹਾਜ ਲਗਾਇਆ ਤੇ ਤੂੰ ਹੁਣ ਪੰਜ ਮੋਹਰਾਂ ਲੈ ਕੇ ਆਇਆ। ਸਤਿਗੁਰਾਂ ਆਪਣਾ ਫਿਰ ਝੱਗਾ ਚੁੱਕ ਕੇ ਤੇ ਉਹ ਫਿਰ ਮੋਢਾ ਬਾਵਾਂ ਜਿਹੜਾ ਵਿਖਾਇਆ ਸੀ, ਕਹਿੰਦੇ ਸੀ ਵੇਖ ਲਾ ਹਜੇ ਤੱਕ ਨਿਸ਼ਾਨ ਪਏ ਹੋਏ ਨੇ ਕਿਲ੍ਹਾ ਦੇ, ਤੇ ਤੂੰ 500 ਮੋਹਰਾਂ ਸੁੱਕੀਆਂ ਸਨ ਤੇ ਪੰਜ ਮੋਹਰਾਂ ਲੈ ਕੇ ਆਇਆ। ਬਸ ਫਿਰ ਉੱਥੇ ਮਸਤਾਨਾ ਹੋ ਗਿਆ, ਮੱਖਣ ਸ਼ਾਹ ਲਵਾਣਾ ਮਸਤਾਨਾ ਹੋ ਗਿਆ। ਫਿਰ ਬਾਹਰ ਆ ਗਿਆ ਤੇ ਕੋਠੇ ਤੇ ਚੜ੍ਹ ਗਿਆ, ਉੱਤੇ ਚੜ੍ਹ ਕੇ ਤੇ ਪੱਲੂ ਫੇਰ ਕੇ ਤੇ ਫਿਰ ਸਾਰੀ ਦੁਨੀਆਂ ਨੂੰ ਆਣ ਕੇ ਫਿਰ ਆਉਂਦਾ। ਸਾਰੀ ਦੁਨੀਆਂ ਨੂੰ ਵਿਖਾ ਦਿੱਤਾ ਵੀ ਤੁਸੀਂ ਸਾਰੇ ਝੂਠੇ ਹੋ,
ਇਹ ਸੱਚਾ ਸਤਿਗੁਰ ਹੈ। ਸੋ ਸਾਲ ਪੂਰੇ ਸਾਲ ਬਾਅਦ ਫਿਰ ਇਹ ਪਤਾ ਲੱਗਾ ਵੀ ਨਵਾਂ ਸਤਿਗੁਰ ਕਿਹੜਾ, ਨਹੀਂ ਤਾਂ ਸਾਲ ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਕਿਉਂਕਿ 1664 ਵਿੱਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਚੜ੍ਹਾਈ ਕਰ ਗਏ ਸਨ, ਲੋਕਾਂ ਨੂੰ ਬੁਝਾਰਤ ਪਾ ਗਏ ਸਨ, ਰਾਹ ਪਾ ਗਏ ਸਨ ਵੀ ਬਾਬਾ ਵਸੈ ਗ੍ਰਾਮ ਬਕਾਲੇ, ਪਰ ਪਤਾ ਜਿਹੜਾ ਉਹ ਇੱਕ ਸਾਲ ਬਾਅਦ ਲੱਗਾ ਵੀ ਨੌਵਾਂ ਸਤਿਗੁਰੂ ਜਿਹੜਾ ਉਹ ਗੁਰੂ ਤੇਗ ਬਹਾਦਰ ਦੇ। ਸੋ ਮੱਖਣ ਸ਼ਾਹ ਲੁਬਾਣੇ ਨੇ ਉਹ ਸਤਿਗੁਰੂ ਪ੍ਰਗਟ ਕੀਤਾ। ਸਤਿਗੁਰਾਂ ਦਾ ਫਿਰ ਜੀਵਨ ਬੜਾ ਫਿਰ ਉੱਥੇ ਵੈਰਾਗਮਈ ਜੀਵਨ, ਫਿਰ ਅਗਲਾ ਜੀਵਨ ਉਹਨਾਂ ਦਾ ਦੱਸਿਆ ਗਿਆ, ਕਿਉਂਕਿ ਇਹਨਾਂ ਨੇ ਆਪਣੀ ਗੁਰਬਾਣੀ ਦੀ ਜਿਹੜੀ ਰਚਨਾ ਕੀਤੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੌਵੇਂ ਸਲੋਕ, ਆਪ ਸਭ ਜਾਣਦੇ ਹੀ ਹੋ ਬਈ ਕਿੰਨੇ ਵੈਰਾਗਮਈ ਸਲੋਕ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਉੱਥੇ ਦਰਜ ਕੀਤੇ ਨੇ। ਲਗਭਗ 115 ਸਲੋਕ ਜਿਹੜੇ ਨੇ ਉਹ ਗੁਰਬਾਣੀ 'ਚ ਦਰਜ ਕੀਤੇ ਗਏ ਨੇ ਇਹਨਾਂ ਦੇ। ਰਾਮ ਗਿਓ, ਰਾਵਣ ਗਿਓ, ਡਾਕੋ ਬਹੁ ਪਰਿਵਾਰ, ਇਸ ਤਰ੍ਹਾਂ ਦੇ ਬੜੇ ਵੈਰਾਗਮਈ ਬਾਣੀ ਇਹਨਾਂ ਨੇ ਫਿਰ ਉਹ ਦਰਜ ਕੀਤੀ ਗਈ ਇਸ ਸੰਸਾਰ 'ਚ। ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦਾ ਜੀਵਨ ਸ਼ੁਰੂ ਤੋਂ ਵੈਰਾਗਮਈ ਰਿਹਾ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਸਤਿਗੁਰ ਜਿਨ੍ਹਾਂ ਦਾ ਅੱਜ ਜਿਹੜੀ 20-21 ਤਰੀਕ ਨੂੰ ਭਾਰਤ ਸਰਕਾਰ ਨੇ ਵੀ ਬੜੀ ਧੂਮਧਾਮ ਨਾਲ ਪ੍ਰਕਾਸ਼ ਪੁਰਬ ਮਨਾਇਆ ਇਹਨਾਂ ਸਮਿਆਂ ਦੇ ਵਿੱਚ, ਐਸੇ ਸਤਿਗੁਰ ਸਨ ਉਹ ਜਿਨ੍ਹਾਂ ਨੇ ਆਣ ਕੇ ਫਿਰ ਕਹਿੰਦੇ ਨੇ ਹਿੰਦ ਦੀ ਚਾਦਰ ਬਣੇ ਨੇ ਫਿਰ ਸੰਸਾਰ ਦੇ ਵਿੱਚ ਆਣ ਕੇ, ਕਿਉਂਕਿ ਹਿੰਦੂਆਂ ਦਾ ਧਰਮ ਬਚਾਇਆ। ਕੋਈ ਜੰਜੂ ਨਹੀਂ ਰਹਿਣ ਦਿੱਤਾ, ਲਾਉਣ ਦਿੱਤਾ, ਬਚਾਅ ਕੀਤਾ ਇਹਦਾ। ਸਤਿਗੁਰਾਂ ਨੇ ਆਣ ਕੇ ਸ਼ਹਾਦਤ ਦੇ ਦਿੱਤੀ ਹੈ, ਪਰ ਕਿਸੇ ਦਾ ਜੰਜੂ ਨਹੀਂ ਲੱਥਣ ਦਿੱਤਾ ਉੱਥੇ। ਸੋ ਐਸੇ ਸਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਕਿਉਂਕਿ ਕਹਿੰਦਾ ਵੀ ਧਰਮ ਹਿੱਤ ਸਾਡਾ ਜਿਣ ਕੀਆ, ਸ੍ਰੀ ਗੁਰੂ ਤੇਗ ਬਹਾਦਰ ਜੀ ਸੀਸ ਦੀਆ ਪਰ ਸਿਰੜ ਨਾ ਦੀਆ, ਸ੍ਰੀ ਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਦਾ ਮਾਣ ਵਧਾਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਯੁੱਗ ਦਾ ਬੇੜਾ ਪਾਰ ਲੰਘਾਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਬਕਾਲੇ ਗ੍ਰਾਮ ਤਾਈਂ ਰੋਸ਼ਨ ਆਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਸਾਧ ਸੰਗਤ ਨੂੰ ਚਰਨੀ ਲਾਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਧੀਰ ਮਨ ਨੂੰ ਧੀਰ ਦਿਵਾਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਦੋਖੀਆਂ ਤੋਂ ਸੀ ਨਾ ਘਬਰਾਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗ੍ਰੰਥ 'ਤੇ ਆਸ ਰਖਵਾਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਅਭਿਜ ਅਛਿਜ ਕਰਕੇ ਦਿਖਲਾਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤੋ ਦੈਤ ਦਾ ਡੇਰਾ ਚੁਕਵਾਇਆ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਅਨੰਦਪੁਰ ਸਾਹਿਬ ਨਗਰ ਵਸਾਇਆ, ਸ੍ਰੀ ਗੁਰੂ ਤੇਗ ਬਹਾਦਰ ਅਨੰਦਪੁਰ ਸਾਹਿਬ ਸਤਿਗੁਰਾਂ ਨੇ ਫਿਰ ਉਹ ਨਗਰ ਵਸਾਇਆ। ਇੱਥੇ ਮਾਖੋ ਦੈਂਤ ਜਿਹੜਾ ਸੀ ਉਹ ਰਹਿੰਦਾ ਹੋਇਆ ਸੀ, ਸਤਿਗੁਰਾਂ ਇਹਦਾ ਡੇਰਾ ਚੁਕਵਾ ਕੇ ਅਤੇ ਫਿਰ ਆਪਣੇ ਗੁਰਸਿੱਖਾਂ ਨੂੰ ਇੱਥੇ ਵਸਾਇਆ। ਬੜਾ ਅੱਗੋਂ ਵੱਡਾ ਇਤਿਹਾਸ ਹੈ, ਥੋੜ੍ਹੇ ਸਮਿਆਂ ਦੇ ਵਿੱਚ ਨਹੀਂ ਸੁਣਾਇਆ ਜਾਂਦਾ। ਸੋ ਇਹ ਇਤਿਹਾਸ ਜਿਹੜਾ ਇਹ ਇਤਿਹਾਸ ਬੜੇ ਲੰਬੇ ਨੇ ਸਤਿਗੁਰਾਂ ਦੇ, ਉਹ ਬੜੇ ਵੈਰਾਗਮਈ ਇਤਿਹਾਸ ਨੇ। ਸੋ ਅੱਜ ਇਹ ਸਮਾਂ ਜਿਹੜਾ ਅੱਜ ਜਗ੍ਹਾ ਜਗ੍ਹਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, ਇੱਥੋਂ ਤੱਕ ਕਿ ਸਰਕਾਰਾਂ ਵੀ ਉੱਚ ਪੱਧਰ 'ਤੇ ਇਹ ਸਤਿਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ। ਸੋ ਆਖਰੀ ਇਹ ਰੀਤ ਪੜ੍ਹ ਕੇ ਅਤੇ ਫਿਰ ਦੱਸ ਦਿੱਤੇ ਕਿ ਉਹਨਾਂ ਦਾ ਜਾ ਚੁੱਕਿਆ। ਧਿਆਨ ਕੀਤਾ ਉਹਨਾਂ ਦਾ ਬੇੜਾ ਪਾਰ ਹੋ ਗਿਆ, ਮੱਖਣ ਸ਼ਾਹ ਲੁਬਾਣੇ ਵਰਗਾ ਵੇਖੋ ਬੇੜਾ ਉਤਰ ਗਿਆ ਇਹਨਾਂ ਦਾ, ਨਾਲੇ ਸਤਿਗੁਰੂ ਨੂੰ ਪ੍ਰਗਟ ਕਰ ਦਿੱਤਾ। ਕੁਝ ਤੇਗ ਬਹਾਦਰ
ਇਸ ਨਾਂ ਤੋਂ ਆਪ ਬੜੀ ਮਤ ਜਾਣਦੇ ਹੋ। ਇਹਨਾਂ ਕੁ ਸਾਧੂ ਅਤੇ ਬਾਦਲ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਆਪ ਸਭ ਨੂੰ ਵਧਾਈ ਦਿੰਦਾ ਹੋਇਆ ਇਹਨਾਂ ਕੀ ਕਹਿੰਦਾ ਹੋਇਆ ਦਾਸ ਸਿੰਘ ਮੈਨੂੰ ਜਾ ਚੁੱਕੇ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਪਾਤਸ਼ਾਹੀ ਬਾਹਰ ਨੇ ਪ੍ਰਥਮ ਭਗਵਤੀ ਸਿੰਘ ਕੇ ਗੁਰੂ ਨਾਨਕ ਲਈ ਧਿਆਇ ਕਰਨ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਾਰੇ ਅਰਜਨ ਹਰ ਗੋਬਿੰਦ ਨੂੰ ਸਿੰਘ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਏ ਜਿਸ ਵਿਖੇ ਸਭ ਤੋਂ ਚਾਹੇ ਦੇਵ ਬਹਾਦਰ ਸਿੰਘ ਜੀ ਘਰ ਨਾਮ ਕਿਸ਼ਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਥਾਈ ਹੋਏ ਸਾਰਾ ਸ੍ਰੀ ਗੁਰੂ ਬਾਲਕ ਸਿੰਘ ਸਿੰਘ ਜੀ ਜਿਨ੍ਹਾਂ ਧਰਮ ਦਾ ਮਾਰਗ ਜੀ ਬਤਾਇਆ ਅਕਾਲ ਗੁਰੂ ਸਤਿਗੁਰੂ ਨਾਮ ਸਿੰਘ ਜੀ ਨੇ ਜਨਮ ਜੀ ਸਿਆਏ ਗੁਰੂ ਸਾਧੂ ਹਰੀ ਸਿੰਘ ਜੀ ਰਾਏ ਧੰਨ ਧੰਨ ਸਤਿਗੁਰੂ ਪ੍ਰਤਾਪ ਸਿੰਘ ਸਾਡੇ ਪ੍ਰਤਾਪ ਵਾਲੇ ਜਿਹਨਾਂ ਕਰਦੇ ਹੋਏ ਸੰਤੋ ਨਾਮ ਬਾਣੀ ਦਾ ਪ੍ਰਭਾਵ ਜੇ ਚਲਾਏ ਮਿਹਰਬਾਨ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਸਤਿਗੁਰੂ ਜੀ ਅਸੀਂ ਸਦਾ ਹੀ ਭੁਲਾ ਹਰ ਜੀ ਮਹਾਂਪੁਰਸ਼ਨ ਦਾ ਪਿਤਾ ਕਰੋ ਕਰੋ ਸਿੱਖੀ ਸਿਰਫ ਭਰੋਸੇ ਦੀ ਦਾਤ ਨੂੰ ਨਾਮ ਨਾਮ ਸਨਾਨ ਅਪਵਿੱਤਰਤਾ ਜਾਗਣਾ ਸਰੰਗ ਅਸੀਂ ਸਨਾਨ ਕਰਤਾ ਮਨਮੁਖਸਰ ਸਾਹਿਬ ਦਾ ਸੰਗ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ਰ ਦੁੱਖਾਂ ਕਰੇ ਸ਼ਾਮਾ ਮਿਲੇ ਸਭ ਸਦਾ ਵਾਸਤੇ ਆਪਣਾ ਮੇਰੇ ਪ੍ਰਿਆਰ ਦੇ ਕੇ ਰੱਖ ਨੂੰ ਬਖਸ਼ ਨੂੰ ਆਪਣੀ ਚਰਨੀ ਲਾਏ ਗੁਰੂ ਆਪ ਦੇ ਚਰਨਾਂ ਦੇ ਅਰਦਾਸ ਨੂੰ ਸਦਾ ਦਾ ਸਿਮਰਨ ਪਾਇਆ ਸਤਿਗੁਰੂ ਨਾਮ ਸਿੰਘ ਸਤਿਗੁਰੂ ਜੀ ਜੀ ਸਿੰਘ ਸਤਿਗੁਰੂ ਜੀ ਸਿੰਘ ਸਤਿਗੁਰੂ ਪਾਤਸ਼ਾਹ ਆਪ ਜੀ ਪ੍ਰਭਾਵ ਦੇ ਪਦ ਨਾਲ ਆਪ ਜੀ ਨੇ ਤਿਆਰੀ ਸੰਗਤਾਂ ਇਕੱਤਰ ਹੋ ਕੇ ਆਪ ਜੀ ਦੇ ਪੁੱਤਰ ਨਾਮ ਦਾ ਸਿਮਰਨ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੇ ਨਾਲ ਕਿਰਪਾ ਕਰੋ ਦਰ ਤੇ ਪ੍ਰਵਾਨ ਕਰੋ ਇਹ ਚੰਦਗੜੀ ਆਪਣੀ ਦਰਗਾਹ 'ਚ ਮਨਜ਼ੂਰ ਕਰੋ ਕਿਰਪਾ ਕਰੋ ਦਰਸ਼ਨਾਂ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ ਇਸੇ ਸਮੇਂ ਅੰਦਰ ਪਿਛਲੇ ਪੈਰ ਦੇ ਦੀਵਾਨ ਸੱਜੇ ਨੇ ਸੱਚੇ ਪਾਤਸ਼ਾਹ ਗੁਰੂ ਦਾ ਹਰ ਜਸ ਕੀਤਾ ਗਿਆ ਇਤਿਹਾਸ ਸੁਣੇ ਗਏ ਨੇ ਗੁਰਬਾਣੀ ਪੜ੍ਹੀ ਗਈ ਸੱਚੇ ਪਾਤਸ਼ਾਹ ਕਿਰਪਾ ਕਰੋ ਪੜ੍ਹਿਆ ਸੁਣਿਆ ਸਾਡੇ ਮਨ ਹਿਰਦੇ ਉਸੇ ਬਾਣੀ ਅੱਗੇ ਤੋਂ ਸ਼ੁੱਧ ਸਪਸ਼ਟ ਕਰਨ ਦਾ ਬਲ ਪੁੱਛੋ ਸਿੱਖ ਪੜ੍ਹਦੇ ਸੁਣਦੇ ਸਭ ਦੇ ਕਾਰਜ ਰਾਸ ਹੋਣ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਅੱਜ ਦਾ ਮੇਲਾ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਦੇ ਨਾਲ ਸਾਰੀ ਸਾਧ ਸੰਗਤ ਨੇ ਮਿਲ ਕੇ ਉਪਰਾਲਾ ਕੀਤਾ ਇਹ ਮੇਲਾ ਮਨਾਇਆ ਆਪ ਜੀ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜਿਸ ਮਾਈ ਭਾਈ ਨੇ ਆਣ ਕੇ ਇੱਥੇ ਸੇਵਾ ਕੀਤੀ ਸੱਚੇ ਪਾਤਸ਼ਾਹ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਣ ਆਪ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀ ਬਖਸ਼ੋ ਸਾਰਿਆਂ ਦੇ ਘਰਾਂ 'ਚ ਸੱਚੇ ਪਾਤਸ਼ਾਹ ਸੁੱਖ ਸ਼ਾਂਤ ਵਰਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਕਾਰੋਬਾਰ 'ਚ ਵਾਧੇ ਪਾਓ ਨਿਤਨੀਆਂ ਖੁਸ਼ੀਆਂ ਦੇ ਕਿਨਾਰੇ ਪੁੱਛੋ ਹਰ ਮੈਦਾਨ ਫਤਿਹ ਕਰਨ ਦਾ ਬਲ ਪੁੱਛੋ ਹਰ ਘਰ ਸਹਿਤਾ ਸੱਚੇ ਪਾਤਸ਼ਾਹ ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈਏ ਸੋ ਖਜ਼ਾਨੇ ਭਰਪੂਰ ਸੱਚੇ ਪਾਤਸ਼ਾਹ ਹੋਰ ਵੀ ਸਾਰਿਆਂ 'ਚੋਂ ਕੋਈ ਮਾਈ ਭਾਈ ਇੱਥੇ ਸੱਚੇ ਪਾਤਸ਼ਾਹ ਜਿਹੜਾ ਵੀ ਇੱਥੇ ਆਪ ਜੀ ਦੇ ਦਰ 'ਤੇ ਆਇਆ ਅਤੇ ਫੁੱਲ ਲੈ ਕੇ ਆਇਆ ਸਾਰਿਆਂ ਦੇ ਸੱਚੇ ਪਾਤਸ਼ਾਹ ਕਾਰ ਤਰਾਸ ਕਰਦੇ ਆਪ ਦੀ ਕਿਰਪਾ ਬਣਾਈ ਰੱਖਣੀ ਹਰ ਘਰ ਸਹਿਤਾ ਕਰੋ ਮਦਦ ਕਰੋ ਘੰਟਿਆਂ ਕਲੋੜੇ ਸਭ ਉਤਾਰ ਕੇ ਸੱਚੇ ਪਾਤਸ਼ਾਹ ਆਪ ਜੀ ਦੀ ਭੇਜੀਆਂ ਹੋਈਆਂ ਰਸਤਾਂ 'ਚੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਿਸ਼ਠਾਨ ਪ੍ਰਸ਼ਾਦ ਹਾਜ਼ਰੇ ਆਪ ਜੀ ਦੀ ਰਸਮੀ ਲਾਇਕ ਹੋਏ ਰਸਮੀ ਲੱਗਿਆ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਤੋਂ ਮਿਲੇ ਜੋ ਜੀ ਛਕੇ ਸੋ ਆਪ ਜੀ ਦਾ ਨਾਮ ਜਪੇ ਸੋ ਭੰਡਾਰੇ ਵਰਤਨ ਨਾਮ ਸ੍ਰੀ ਨਾਮ ਸਾਰੀ ਰਾਖਲਾ ਬਖਸ਼ਿਆ ਦੇ ਕਰਕੇ ਦਰਸ਼ਨ ਦਿਓ ਅਰਦਾਸ ਕਰਕੇ ਪ੍ਰਵਾਨ ਕਰੋ ਸਤਿਗੁਰੂ ਰਾਮ ਸਿੰਘ ਨਾਲ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਭਲਾ ਜੋ ਬੋਲੇ